ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਨਵਜੋਤ ਕੌਰ। ਮੈਂ ਇਟਲੀ ਤੋਂ ਗੱਲ ਕਰਦੀ ਪਈ ਹਾਂ। ਮੈਂ ਹਰਿਆਣੇ ਦੀ ਜਾਮਪਾਲ ਹਾਂ। ਮੇਰਾ ਚੀਕੇ ਦੇ ਲਾਗੇ ਪਿੰਡ ਹੈ ਅਤੇ ਮੇਰੇ ਡੈਡੀ ਦਾ ਨਾਮ ਹੈ ਸਰਦਾਰ ਪਰਮਜੀਤ ਸਿੰਘ, ਮੰਮੀ ਦਾ ਨਾਮ ਹੈ ਸਤਪਾਲ ਕੌਰ। ਮੇਰਾ ਵਿਆਹ ਪੰਜਾਬ ਡਿਸਟ੍ਰਿਕਟ 'ਚ ਹੋਇਆ, ਪਿੰਡ ਭਗਵਾਨਪੁਰ, ਤਹਿਸੀਲ ਪਲੱਥ, ਜ਼ਿਲ੍ਹਾ ਕਪੂਰਥਲਾ, ਚਰਨਜੀਤ ਸਿੰਘ ਨਾਲ ਹੋਇਆ। ਮੇਰੇ ਸਹੁਰੇ ਦਾ ਨਾਮ ਹੈ ਸਰਦਾਰ ਗੁਰਬਚਨ ਸਿੰਘ, ਸੱਸ ਦਾ ਨਾਮ ਹੈ ਗੁਰਮੀਤ ਕੌਰ। ਮੇਰਾ ਵਿਆਹ 31 ਦਸੰਬਰ 2014 'ਚ ਹੋਇਆ। ਮੇਰਾ ਵਿਆਹ 31 ਦਸੰਬਰ 2014 ਦੇ 'ਚ ਹੋਇਆ ਅਤੇ ਵਿਆਹ ਦੇ ਟਾਈਮ 'ਤੇ ਮੇਰੇ ਸੱਸੂਰੇ ਵੱਲੋਂ ਬਹੁਤ ਜ਼ਿਆਦਾ ਡਿਮਾਂਡਾਂ ਕੀਤੀਆਂ ਗਈਆਂ। ਵੱਡੀ ਗੱਡੀ ਦੀ ਡਿਮਾਂਡ ਕੀਤੀ ਗਈ, ਮੇਰੇ ਮਾਂ ਪਿਓ ਨੇ ਕੈਸ਼ ਦਿੱਤੀ ਵਿਆਹ ਦੇ ਵਿੱਚ, ਬਹੁਤ ਜ਼ਿਆਦਾ ਸੋਨਾ ਪਾਇਆ ਇਹਨਾਂ ਦੇ ਘਰਦਿਆਂ ਨੂੰ, ਬਾਹਰ ਰਿਸ਼ਤੇਦਾਰਾਂ ਨੂੰ, ਫਿਰ ਵੀ ਇਹਨਾਂ ਦੀ ਡਿਮਾਂਡਾਂ ਪੂਰੀਆਂ ਨਹੀਂ ਹੋਈਆਂ। ਫਿਰ ਵੀ ਮੌਕੇ 'ਤੇ ਇਹਨਾਂ ਬਹੁਤ ਜ਼ਿਆਦਾ ਲਿਸਟਾਂ ਭੇਜਦੇ ਸੀ, ਮੇਰੇ ਮਾਂ ਪਿਓ ਨੇ ਇਹਨਾਂ ਦੀ ਸਭ ਡਿਮਾਂਡਾਂ ਪੂਰੀਆਂ ਕੀਤੀਆਂ, ਜਿੱਥੋਂ ਤੱਕ ਹੋ ਸਕੇ ਸਭ ਕੁਛ ਉਹਨਾਂ ਨੇ ਮੈਨੂੰ ਦਿੱਤਾ। ਫਿਰ ਵਿਆਹ ਤੋਂ ਕੁਝ ਦਿਨ ਬਾਅਦ ਫਿਰ ਮੈਨੂੰ ਤੰਗ ਕਰਨ ਲੱਗ ਪਏ, ਮੈਨੂੰ ਤਾਨੇ ਮਾਰਦੇ ਸੀ ਕਿ ਤੇਰੇ ਮਾਂ ਪਿਓ ਕੋਲੋਂ ਵੱਡੀ ਗੱਡੀ ਮੰਗੀ ਸੀ, ਤੂੰ ਵੱਡੀ ਗੱਡੀ ਨਹੀਂ ਲੈ ਕੇ ਆਈ ਹੈ। ਇੱਥੋਂ ਤੱਕ ਕਿ ਮੇਰੀਆਂ ਭੂਆ ਸੱਸਾਂ ਵੀ ਆਉਂਦੀਆਂ ਸੀ ਅਤੇ ਮੇਰੇ ਸੱਸੋਰੇ ਦੇ ਘਰ, ਉਹ ਮੈਨੂੰ ਤੰਗ ਕਰਦੀਆਂ ਸੀ, ਤਾਨੇ ਮਾਰਦੀਆਂ ਸੀ। ਇੱਥੋਂ ਤੱਕ ਕਿ ਮੇਰੀ ਸੱਸ ਮੈਨੂੰ ਕੁੱਟਦੀ ਮਾਰਦੀ ਵੀ ਸੀ। ਮੇਰੇ ਨਨਾਨਾ ਵੀ ਬਾਹਰੋਂ ਮੈਨੂੰ ਫੋਨ ਕਰਕੇ ਮੈਨੂੰ ਬਹੁਤ ਤੰਗ ਕਰਦੀਆਂ ਸੀ, ਤਾਨੇ ਮਾਰਦੀਆਂ ਸੀ। ਉੱਥੇ ਬਹੁਤ ਜ਼ਿਆਦਾ ਪੰਚਾਇਤਾਂ ਹੁੰਦੀਆਂ ਸੀ, ਮੇਰੇ ਮਾਂ ਪਿਓ ਕਿੰਨੀ ਵਾਰੀ ਉਹਨਾਂ ਕੋਲ ਪੰਚਾਇਤਾਂ ਲੈ ਕੇ ਆਏ, ਮੈਨੂੰ ਬਹੁਤ ਤੰਗ ਕਰਦੇ ਸੀ। ਉੱਥੇ ਮੈਂ ਇਟਲੀ ਦੇ ਵਿੱਚ ਪੰਚਾਇਤਾਂ ਰਾਹੀਂ ਆਈ 2018 ਦੇ ਵਿੱਚ। 2018 ਦੇ ਵਿੱਚ ਜਦੋਂ ਮੈਂ ਇੱਥੇ ਇਟਲੀ ਦੇ ਵਿੱਚ ਆਈ, ਮੈਂ 2018 'ਚ ਪ੍ਰੈਗਨੈਂਟ ਸੀ। ਇੱਥੇ ਮੇਰਾ ਚੈੱਕਅਪ ਜਦੋਂ ਕਰਾਇਆ, ਜਦੋਂ ਉਹਨਾਂ ਨੇ ਡਾਕਟਰਾਂ ਨੇ ਦੱਸਿਆ ਕਿ ਕੁੜੀ ਹੈ, ਮੇਰੇ ਹਸਬੈਂਡ ਨੇ ਮੇਰੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਮੇਰੇ ਸੱਸ ਸਹੁਰਾ ਅਤੇ ਮੇਰਾ ਘਰ ਵਾਲਾ ਚਾਹੁੰਦਾ ਸੀ ਕਿ ਮੁੰਡਾ ਹੋਵੇ, ਮੈਨੂੰ ਬਹੁਤ ਤੰਗ ਕਰਦਾ ਸੀ, ਮੈਨੂੰ ਕੁੱਟਦਾ ਮਾਰਦਾ ਸੀ, ਮੈਨੂੰ ਬਹੁਤ ਵਾਰ ਇਹਨੇ ਕੁੱਟਿਆ ਮਾਰਿਆ। ਮੈਂ ਕਿਸੇ ਨੂੰ ਆਪਣਾ ਦੁੱਖ ਦਰਦ ਨਹੀਂ ਦੱਸ ਸਕੀ। ਫਿਰ ਇੱਕ ਦਿਨ ਮੇਰੀ ਮਾਸੀ ਦਾ ਮੁੰਡਾ ਆਇਆ, ਉਹਦੇ ਸਾਹਮਣੇ ਵੀ ਮੈਨੂੰ ਇਹਨੇ ਮਾਰਿਆ ਕੁੱਟਿਆ, ਮੈਨੂੰ ਧੱਕਾ ਮਾਰ ਕੇ ਚਲਾ ਗਿਆ ਆਪ। ਮੇਰੇ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਈ। ਐਂਬੂਲੈਂਸ ਨੂੰ ਜਦੋਂ ਫੋਨ ਕੀਤਾ, ਐਂਬੂਲੈਂਸ ਆਈ, ਮੈਨੂੰ ਹੋਸਪਿਟਲ ਵਿੱਚ ਲੈ ਕੇ ਗਈ। ਮੈਂ 15-20 ਦਿਨ ਹੋਸਪਿਟਲ ਦੇ ਵਿੱਚ ਰਹੀ। ਜਦੋਂ ਹੋਸਪਿਟਲ ਵਾਲਿਆਂ ਨੇ ਕਿਹਾ ਤੂੰ ਠੀਕ ਹੈ, ਚੱਲ ਆਪਣਾ ਤੂੰ ਘਰ ਜਾ ਸਕਦੀ ਹੈ, ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਕਿ ਮੈਨੂੰ ਆ ਕੇ ਇੱਥੋਂ ਲੈ ਜਾ, ਮੈਨੂੰ ਹੋਸਪਿਟਲ ਵਾਲੇ ਛੁੱਟੀ ਦਿੰਦੇ ਪਏ ਨੇ। ਉਹ ਮੈਨੂੰ ਲੈਣ ਨਹੀਂ ਆਇਆ ਅਤੇ ਡਾਕਟਰਾਂ ਨੇ ਮੈਨੂੰ ਉੱਥੇ ਇਟਲੀ ਦੇ ਵਿੱਚ ਗੌਰਮੈਂਟ ਸਰਕਾਰੀ, ਜਿਹੜੇ ਗੌਰਮੈਂਟ ਦਾ ਘਰ ਹੁੰਦਾ ਜਿੱਥੇ ਬੇਸਹਾਰਾ ਔਰਤਾਂ ਨੂੰ ਰੱਖਿਆ ਜਾਂਦਾ ਹੈ, ਮੈਨੂੰ ਉੱਥੇ ਭੇਜ ਦਿੱਤਾ। ਪੁਲਿਸ ਫਿਰ ਮੰਗਾ ਕੇ ਉਹਨਾਂ ਨੇ ਮੇਰੇ ਨਾਲ ਜੋ ਵੀ ਹੋਇਆ ਉਹਨਾਂ ਨੇ ਮੇਰੇ ਸਾਹ ਬਿਆਨ ਲਿੱਤੇ ਪੁਲਿਸ ਨੇ। ਫਿਰ ਉਹਨਾਂ ਨੇ ਮੈਨੂੰ ਉਸ ਘਰ ਦੇ ਵਿੱਚ, ਸਰਕਾਰੀ ਘਰ ਦੇ ਵਿੱਚ ਭੇਜ ਦਿੱਤਾ। ਮੈਂ ਉੱਥੇ 3 ਸਾਲ ਤੱਕ ਰਹੀ। ਮੇਰੀ ਬੱਚੀ 3 ਸਾਲ ਦੀ ਹੈ। ਨਾ ਇਹਦੇ ਕੋਲ ਕੋਈ ਪੇਪਰ ਹੈ, ਨਾ ਕੋਈ ਪਾਸਪੋਰਟ ਹੈ। ਜਦੋਂ ਮੈਂ 3 ਸਾਲ ਸਰਕਾਰੀ ਘਰ ਦੇ ਵਿੱਚ ਰਹੀ, ਉਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ। ਕਿ ਜੇ ਤੂੰ ਇੱਥੇ ਰਹੇਗੀ, ਤੈਨੂੰ ਤੇਰੇ ਬੱਚੇ ਨੂੰ ਦੂਰ ਕੀਤਾ ਜਾਏਗਾ, ਦੂਰ ਕਰ ਦੇਵਾਂਗੇ। ਮੈਂ ਆਪਣੇ ਬੱਚੇ ਤੋਂ ਬਿਨਾਂ ਨਹੀਂ ਸੀ ਰਹਿ ਸਕਦੀ, ਮੇਰਾ ਸਿਰਫ ਉਹ ਹੀ ਇੱਕ ਸਹਾਰਾ ਹੈ।
मैं उहदे भरा नाल वी गलबात कीती, मैं अपने हसबैंड दे भरा नाल गलबात कीती। अमरजीत सिंह इटली दे विच रहिंदा है, ते उहने जदों मैनूं दस्सिया कि इहनां ने मैनूं इदां कहा है गौरमेंट घर सरकारी ने कि तूं इत्थे नहीं रहि सकदी है, तैनूं ते तेरे बच्चे नूं दूर कर देवांगे, असीं बच्चा लै लवांगे। ते उहने मैनूं कहा कि बच्चा मैनूं दे दे, ते इंडिया दे विचों 2 किले जमीन मेरे नाम कर दे। मैं अपना बच्चा किसी नू नहीं देना चाहती। इत्थे गौरमेंट दे घर रहिंदी सी, जिथे उन्होंने जिते मैनू कह दिता जे तू इत्थे रहेगी तेनू तेरे बच्चे नू अलग किया जाएगा। तो मैं उस तो बाद गुरद्वारा साहब च गई, उत्थे बाबा जी वालों अनाउंसमेंट की गई कि एक बेसहारा औरत जिहदे कोल 3 साल का बच्चा है उहदे कोल रहण की जगह नहीं हैगी, ना साढ़े कोल कोई पेपर ने, ना मेरे बच्चे कोल पासपोर्ट है। मेरा हसबैंड ना ही मेरे बच्चे दे पासपोर्ट ते सैन करता है, ना कोई खर्चा देता है। तो उत्थे बैठे गुरुद्वारा साहब विच बैठे पाजी संदीप सिंह जो मैनू अपने घर लैके आए, इस टाइम मैं उन्होंने घर च रह रही हूँ। मैं बहुत परेशान है, बहुत दुखी है। मेरी पंजाब सरकार, हरियाणा सरकार नू हाथ जोड़ के बेनती है मैनू के इंसाफ इंसाफ दिता जाए। मेरी बच्ची दे पेपर बनाए जान, मेरे बच्चे दे पासपोर्ट बनाया जाए, ताकि मैं इत्थे रह के अपने बच्चे दी लाइफ बना सका। मेरी इटली मैसी रोमा दे विच इंडिया मैसी नूं हाथ जोड़ के बेनती है कि मेरी बच्ची दा पासपोर्ट दिता जाए। मैं बहुत परेशान हाँ, बहुत बहुत दुखी हाँ। मेरे को 3 साल का बच्चा है, हाँ मेरा बच्चा।